ਇਸ ਵੇਲੇ ਦੀ ਵੱਡੀ ਖਬਰ ਪਤਵਾਰੀ ਹੈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ 23 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ। ਪਟਿਆਲਾ ਦੀ ਅਦਾਲਤ ਨੇ ਮੁਲਜ਼ਮ ਅਤਾਉਲ ਅੰਸਾਰੀ ਨੂੰ 8 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਸਕਰੀਨ 'ਤੇ ਤੁਸੀਂ ਜਿਸ ਵਿਅਕਤੀ ਨੂੰ ਦੇਖ ਰਹੇ ਹੋ ਇਹ ਉਹੀ ਅਤਾਉਲ ਅੰਸਾਰੀ ਹੈ ਜਿਸ ਨੇ ਸ਼੍ਰੀਮਤੀ ਪ੍ਰਨੀਤ ਕੌਰ ਦੇ ਨਾਲ 23 ਲੱਖ ਰੁਪਏ ਦੀ ਸਾਈਬਰ ਠੱਗੀ ਮਾਰੀ ਹੈ। ਯਾਦ ਕਰਾ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਤੋਂ 23 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਠੱਗੀ ਦੀ ਇਹ ਘਟਨਾ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਹੋਈ ਸੀ। ਠੱਗੀ ਕਰਨ ਵਾਲੇ ਅਤਾਉਲ ਅੰਸਾਰੀ ਨੇ ਖੁਦ ਨੂੰ SBI ਦਾ ਬੈਂਕ ਮੈਨੇਜਰ ਦੱਸਿਆ ਅਤੇ ਪ੍ਰਨੀਤ ਨੂੰ ਆਖਿਆ ਕਿ ਉਹਨਾਂ ਦੀ ਸੈਲਰੀ ਪਾਉਣੀ ਹੈ, ਇਸ ਲਈ ਉਹ ਜਲਦ ਤੋਂ ਜਲਦ ਆਪਣੀ ਬੈਂਕ ਡਿਟੇਲ ਉਹਨਾਂ ਦੇ ਨਾਲ ਸਾਂਝੀ ਕਰਨ। ਦੱਸ ਦਈਏ ਕਿ ਇਹ ਠੱਗੀ ਮਾਰਨ ਤੋਂ ਪਹਿਲਾਂ ਅਤਾਉਲ ਅੰਸਾਰੀ ਨੇ 2 ਵਾਰ ਪਹਿਲਾਂ ਵੀ ਪ੍ਰਨੀਤ ਕੌਰ ਨੂੰ ਫੋਨ ਕੀਤਾ ਸੀ ਅਤੇ 3ਰੀ ਵਾਰ OTP ਲੈਣ ਤੋਂ ਬਾਅਦ ਹੀ ਅਤਾਉਲ ਅੰਸਾਰੀ ਨੇ ਇਸ ਠੱਗੀ ਨੂੰ ਅੰਜਾਮ ਦਿੱਤਾ। ਇਹ ਵੀ ਦੱਸ ਦਈਏ ਕਿ ਮੁਲਜ਼ਮ ਨੂੰ ਝਾਰਖੰਡ ਦੇ ਜਾਮਤਾੜਾ ਤੋਂ ਗ੍ਰਿਫਤਾਰ ਕਰਕੇ ਪਟਿਆਲਾ ਲਿਆਂਦਾ ਗਿਆ ਅਤੇ ਹੁਣ ਕੋਰਟ ਵਿੱਚੋਂ 8 ਦਿਨ ਦਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਪਟਿਆਲਾ ਪੁਲਿਸ ਦੋਸ਼ੀ ਅਤਾਉਲ ਅੰਸਾਰੀ ਤੋਂ ਅਗਲੀ ਪੁੱਛਗਿੱਛ ਕਰੇਗੀ। ਪਟਿਆਲਾ ਤੋਂ ਕਮਲ ਦੂਆ, D5 ਚੈਨਲ, ਪੰਜਾਬੀ।